ਪਹਿਲਾਂ ਕਦੇ ਕੋਈ ਇਗਜ਼ਾਮ ਦਿੱਤਾ ਕੀ ਬਣਿਆ? ਆਪ ਲਿਖਿਆ ਬਈ ਸ਼ੇਰ? ਮੈਂ ਪੂਰੀ ਫੀਲਿੰਗ ਨਾਲ ਤਾਰੀਫ ਕੀਤੀ। ਅੱਛਾ, ਜਦੋਂ ਤੇਰੀ ਮੰਮੀ ਕਿਸੇ ਦੇ ਵਿਆਹ ਤੇ ਜਾਂਦੀ, ਤੇਰੀ ਮੰਮੀ ਦੇਖ ਕੇ ਸੁਣੀ ਕੁੜੀ ਕੀ ਕਹਿੰਦੀ ਹੈ? ਫਿਰ ਮੈਂ ਤੁਹਾਡੇ ਗੋਲ ਗੱਪੇ ਤੁਹਾਡੇ ਫੇਵਰੇਟ ਹੈ ਜੀ। ਕੁੜੀ ਤੁਸੀਂ ਵੀ ਗੋਲ ਗੱਪੇ ਜ਼ਿਆਦਾਤਰ ਖਾ ਕੇ ਖੁਸ਼ ਹੋ? ਕੀ ਖਾ ਕੇ ਖੁਸ਼ ਹੋ ਜੀ? ਇਹ ਤਾਂ ਮਾੜੀ ਨਹੀਂ ਦਾੜੀ ਆ, ਉਹ ਇਹ ਤਾਂ ਮੈਂ ਲਾ ਲਿਆ ਸਾਹਿਬ। ਤੁਸੀਂ ਮਹਾਰਾਜ ਜੀ ਗੋਲ ਗੱਪੇ ਦੀ ਇਹ ਵੀ ਹਲਕੀ ਹੋਈ ਹੈ। ਹਾਂਜੀ ਮਹਾਰਾਜ ਜੀ, ਇਹ ਅਸਲ ਪਤਾ ਇਹ ਦੱਸ ਨਹੀਂ ਰਹੀਆਂ, ਇਹ ਉਹਨੇ ਲੰਗਰ ਵਾਲੀਆਂ ਵੀ ਲਫਾਫਾ ਚੱਕ ਲਫਾਫਾ। ਜਾਲ ਹੁਸਨਾਂ ਦਾ ਸੁੱਟਿਆ, ਨਾ ਜਾਤ ਵੇਖੇ ਨਾ ਧਰਮ ਦੇਖੇ, ਇਸ਼ਕ ਕਹਾਣੀਆਂ ਕਿੰਨੀਆਂ ਨੇ, ਨਾ ਰੂਹ ਦੇਖੇ ਨਾ ਜਿਸਮ ਦੇਖੇ, ਦਿਲ ਮਰਦ ਦਾ ਨਾ ਅੱਗੇ ਦੇਖੇ ਨਾ ਪਿੱਛੇ ਦੇਖੇ, ਰੂਪਨਾਰ ਦਾ ਦਿਮਾਗ ਲਗਾਉਂਦਾ ਨਾ ਇਸ਼ਕ ਦੇਖੇ ਨਾ ਦਿਲ ਦੇਖੇ। ਉਹਦੇ ਫਾਦਰ ਸਾਹਿਬ ਵੀ ਆਏ ਸੀ ਸਾਡੇ ਘਰੇ, ਉਹ ਘਰ ਘੁਰ ਦੇਖ ਕੇ ਵੀ ਸੈਟਿਸਫਾਈਡ ਸੀਗੇ ਜੀ, ਪਤਾ ਨਹੀਂ ਬਾਅਦ ਚੋਂ ਕੀ ਹੋਇਆ ਅਤੇ ਮੈਂ ਚੱਲ। ਪਰ ਇੱਕ ਗੱਲ ਤਾਂ ਜਾਇਜ਼ ਆ ਫਿਰ ਯਾਰ, ਘਰਦਿਆਂ ਨੂੰ ਹੁੰਦਾ ਹੀ ਵੀ ਕੁੜੀ ਮੁੰਡਾ ਨਸ਼ਾ ਪੱਤਾ ਤਾਂ ਨਹੀਂ ਕਰਦਾ, ਨਹੀਂ ਤਾਂ ਪਹਿਲਾਂ ਮੇਨ ਗੱਲ ਆ ਗਈ। ਫਿਰ ਹੁਣ ਨੈਗੇਟਿਵ ਆ ਗਿਆ, ਹੁਣ ਤਾਂ ਕਰ ਦਿੰਦੇ ਯਾਰ, ਹੱਕ ਸੀਗਾ। ਬਾਕੀ ਮੇਰੇ ਕੋਲ ਇੰਨਾ ਹੈਗਾ ਸੀ, ਮੈਂ ਕੁੜੀ ਨੂੰ ਬਹੁਤ ਐਸ਼ ਕਰਾਂ। ਆਗੇ ਬੈਂਡ ਸੀਗੇ ਸੱਤ ਮੁੰਡੇ ਆਹਰ ਦੇ, ਦਿਨ ਮਾੜੇ ਸ਼ੁਰੂ ਹੋ ਗਏ ਸੀਗੇ ਯਾਰ ਦੇ, ਗੱਲ ਕੱਟ ਗਈ ਸੀ ਹੋਣੀ ਨਾਲ ਜੱਟ ਦੇ, ਵੇਖਾਂ ਉੱਡਦਾ ਜਹਾਜ਼ ਖੜਾ ਵੱਟ ਤੇ ਨੀ ਫਿਕਰਾਂ ਚ ਚੋਦਾ ਰਿਹਾ, ਉਹ ਤੂੰ ਤਾਂ ਰਕਾਨੇ ਚਲੀ ਗਈ ਸੀ ਕੈਨੇਡਾ, ਜੱਟ ਤੇਰੇ ਘਰ ਮੂਹਰੋਂ ਮੁੜਦਾ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਉਮੀਦ ਕਰਦੇ ਹਾਂ ਜਿੰਨੇ ਕੁ ਜਾਣੇ ਭਾਈ ਵੀਡੀਓ ਦੇਖਦੇ ਹੋ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਅੱਜ ਦਾ ਜਿਹੜਾ ਸ਼ੂਟ ਹੈ ਜੀ, ਬਾਹਲੀ ਖਾਸ ਜਗ੍ਹਾ ਹੈ, ਅਤੇ ਮੈਂ ਕਹਿੰਦਾ ਪਹਿਲਾਂ ਸ਼ਹਿਰ ਦਾ ਨਾਮ ਸਾਰਿਆਂ ਤੋਂ ਉੱਚੀ ਜੀ ਬੋਲਣਾ, ਪਤਾ ਲੱਗੇ ਵੀ ਜਵਾਕ ਬੋਲੇ ਹੈ, ਠੀਕ ਹੈ ਜੀ? ਸ਼ਹਿਰ ਦਾ ਨਾਮ ਕੀ ਹੈ ਮਿੱਤਰੋ? ਸੋ ਮਿੱਤਰੋ, ਸ਼ਹਿਰ ਹੈ ਜੀ ਮਾਨਸਾ, ਅਤੇ ਇੰਸਟੀਟਿਊਟ ਦਾ ਨਾਮ ਹੈ, ਉਹ ਵੀ ਮੈਂ ਕਹਿੰਦਾ ਪਹਿਲਾਂ ਆਪਾਂ ਬੱਚਿਆਂ ਨੂੰ ਬੁਲਾ ਲਈਏ, ਫਿਰ ਮੈਂ ਦੱਸੂੰਗਾ। ਇੰਸਟੀਟਿਊਟ ਦਾ ਨਾਮ ਹੈ ਜੀ ਇੰਡੋ ਕੈਨੇਡੀਅਨ ਇੰਸਟੀਟਿਊਟ ਹੈ ਜੀ, ਅਤੇ ਮਾਨਸੇ ਵਿੱਚ ਪੈਂਦਾ। ਸੋ ਬਹੁਤਾ ਸਮਾਂ ਨਾ ਕਰਦੇ ਹੋਏ ਆਪਾਂ ਜਿਹੜੀ ਵੀਡੀਓ ਦੀ ਸ਼ੁਰੂਆਤ ਉਹ ਕਰਦੇ ਹਾਂ, ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਮੈਮ ਤੋਂ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਜੀਪ ਗੱਡੀ ਸੀ ਜੀ, ਨਾਮ ਕੀ ਹੈ ਜੀ? ਇੱਧਰ ਤਰ ਕੇ ਆਉਂਦਾ ਨਾ ਗੁਰਪ੍ਰੀਤ, ਆ ਮਾੜਾ ਕਰੋ ਦੁਬਾਰਾ, ਮੈਂ ਨਾਮ ਪੁੱਛਦੀ ਸੀ, ਪੂਰਾ ਐਂ ਜੇ ਕਰਨਾ, ਠੀਕ ਹੈ ਜੀ? ਜਿਹੜੀ ਕਦੀ ਜੂਮਰੇ ਡਿੱਗ ਪਏ ਜੀ, ਮਜ਼ਾਕ ਕਰਦੇ। ਨਾਮ ਕੀ ਤੁਹਾਡਾ ਜੀ? ਗਗਨਦੀਪ ਕੌਰ। ਗਗਨਦੀਪ ਕੌਰ, ਕਿੰਨੇ ਸਮੇਂ ਤੋਂ ਪੀਟੀ ਕਰਦੇ ਹੋ ਜੀ? ਮੈਨੂੰ ਹੁਣੀ ਟਾਈਮ ਹੋਇਆ ਹੈ, ਕੁਛ ਕੁ ਦਿਨ ਹੋਇਆ ਜੀ। ਕਿੰਨੇ ਦਿਨ ਹੋਏ ਜੀ? ਤਿੰਨ ਚਾਰ ਦਿਨ ਹੋਏ ਜੀ, ਮੈਂ ਤਾਂ ਹੀ ਨਰਵਸ ਜੀ ਹਾਂ ਨਾ ਜੀ। ਵੇਅਰ ਆਰ ਯੂ ਫਰੋਮ ਮੈਮ? ਕਰਾ ਤਾਂ ਪਰੇ ਮੂੰਹ ਜੱਟ ਨੇ, ਐਵੇਂ ਨਾ ਸਮਝੇ ਵੀ ਜੱਟ ਆਈ ਫਿਰਦਾ ਹੈ। ਕੋਈ ਸ਼ੌਂਕ ਕਿੱਦਾਂ ਕਿੱਦਾਂ ਦੇ ਜੀ? ਡਾਂਸਿੰਗ ਦਾ ਸ਼ੌਂਕ ਹੈ ਜੀ। ਦੇਖੋ ਜੀ, ਜਗ੍ਹਾ ਘੱਟ ਹੈ। ਥੈਂਕ ਯੂ ਸੋ ਮਚ ਭੈਣ, ਮੇਰੀ ਜਿਉਂਦੀ ਬਾਜ਼ੀ ਰਹੇ। ਸਤਿ ਸ਼੍ਰੀ ਅਕਾਲ, ਬੁਲਾ ਦੇ ਰਹੀ ਹੁੰਦੀ ਹੈ ਮੈਂ ਪੈ ਰਹੀ ਸੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਨਾਮ ਕੀ ਵੱਡੀ ਵੀਰੀ? ਮਾਈ ਨੇਮ ਇਜ਼ ਅਮਿੰਦਰਪਾਲ ਸ਼ਰਮਾ। ਪੱਟ ਲਿਆ ਅੰਗਰੇਜ਼ੀ ਨੇ ਤੈਨੂੰ, ਤੇਰੀ ਗੱਲ ਅੰਗਰੇਜ਼ੀ ਨਾਲ ਹੀ ਬਣਦੀ ਹੈ ਕਿ ਕਿਸੇ ਹੋਰ ਨਾਲ ਵੀ ਬਣਦੀ ਹੈ? ਨਹੀਂ ਨਹੀਂ, ਕਿਹਦੇ ਨਾਲ ਬਣਦੀ? ਫਿਊਜ਼ ਜੀ ਉੱਡ ਜਾਂਦੇ ਨੇ ਬੜੇ ਮਾੜੀ। ਕੀ ਚੋ ਫਿਊਜ਼ ਜੁੜਦਾ ਤੇਰੇ? ਫਲੂਐਂਸੀ ਚੋਂ। ਉਹ ਫਿਊਜ਼ ਤੇਰੇ ਹੈਗੇ ਹੈ?
ਅੱਛਾ ਤੇਰੇ ਫਿਉਂ ਜੁੜਦੇ ਆ ਫਲੂਐਂਸੀ ਚੋਂ, ਕੀ ਦਿੱਕਤ ਕੀ ਹੈ? ਦਿੱਕਤ ਬਸ ਇਹ ਜੀਭ ਤੇ ਗ੍ਰੈਂਡਰ ਲਵਾਉਣ ਵਾਲਾ ਇਹ ਸਾਰੀ ਗੱਲ ਅੰਦਰ ਹੋਰ ਹਿਸਾਬ ਨਾਲ ਦੱਸਦਾ। ਪਹਿਲਾਂ ਕਦੇ ਕੋਈ ਐਗਜ਼ਾਮ ਦਿੱਤਾ? ਹਾਂਜੀ। ਕੀ ਬਣਿਆ? ਕੁਛ ਨਹੀਂ, 4.5। ਇੱਦਾਂ ਦੇ ਹੁਨਰਵਾਨ ਬੱਚੇ ਦੀ ਸਾਨੂੰ ਲੋੜ ਹੈ। 4.5 ਬੈਂਡ ਆਏ ਸੀਗੇ, ਇਸ ਵਾਰ ਕਿੰਨੇ ਸੋਚਣਾ? ਇਸ ਵਾਰ ਤਾਂ ਇਹ ਸੁਪਨਾ 60 ਦਾ ਆਉਂਦਾ, ਬਾਕੀ ਦੇਖੋ। ਅਜੇ ਸੁਪਨਾ ਤੈਨੂੰ ਕਿੰਨੇ ਦਾ ਆਉਂਦਾ? 60 ਦਾ, 60 ਦਾ। ਹਾਂ ਆ ਗਿਆ ਅੰਗਰੇਜ਼ੀ ਤੇ। ਅੰਗਰੇਜ਼ੀ ਜੀ ਬੋਲ, ਤੂੰ ਜਿੰਨਾ ਬੋਲਣਾ ਤੂੰ ਪੂਰੀ ਤੱਕ ਪਾਉਣੀ ਸੀਗਾ। ਇੰਗਲਿਸ਼ 'ਚ ਤਾਂ ਹੱਥ ਤੰਗ ਆਈ ਮਾੜਾ। ਇੰਗਲਿਸ਼ 'ਚ ਉੱਧਰ ਹੱਥ ਵੀ ਤੰਗ, ਮੈਂ ਬੋਲਦਾ ਤੂੰ ਅੰਗਰੇਜ਼ੀ, ਮਤਲਬ ਵੀ ਫੁਕਰੀ ਤਾਂ ਮਾਰਦਾ। ਕਿੰਨੇ ਕਿੰਨੇ ਕਿ ਫੁਕਰੀ ਫੁਕਰੀ ਮਾਰੀ ਅੱਜ ਤੱਕ ਕਰਦੀ? ਬਹੁਤ ਹਮੇ ਪਰ ਚੱਲੀ ਨਹੀਂ। ਅੱਛਾ ਫੁਕਰੀ ਤੂੰ ਮਾਰਦਾ ਜ਼ਰੂਰ, ਪਰ ਤੇਰੀ ਫੁਕਰੀ ਚੱਲਦੀ ਨਹੀਂ। ਸ਼ੌਂਕ ਇੱਦਾਂ ਕਿੱਦਾਂ ਮੇਰਾ ਭਰਾ? ਸ਼ੌਂਕ ਮੈਨੂੰ ਸਿੰਗਿੰਗ ਦਾ। ਸਿੰਗਿੰਗ ਦਾ ਸ਼ੌਂਕ ਹੈ? ਮੈਂ ਕਹਿੰਦਾ ਵੀ ਬਹੁਤੀਆਂ ਗੱਲਾਂ ਨਾ ਕਰਦੇ, ਇੱਕ ਦੋ ਗਾਣਾ ਮੇਰਾ ਭਰਾ ਜ਼ਰੂਰ ਸੁਣਾਓ। ਇੱਕ ਨਸ਼ਿਆਂ ਬਾਰੇ ਸੁਣਾ ਸਕਦੇ? ਜ਼ਰੂਰ ਮੇਰਾ ਭਰਾ, ਜ਼ਰੂਰ ਜ਼ਰੂਰ, ਬਹੁਤ ਵਧੀਆ ਗੱਲ ਹੈ। ਜਦ ਤੱਕਿਆ ਰੰਗਲੇ ਪੰਜਾਬ ਤਾਂ ਹੀ, ਜਦ ਤੱਕਿਆ ਰੰਗਲੇ ਪੰਜਾਬ ਤਾਂ ਹੀ, ਹਰ ਪਾਸੇ ਨਸ਼ਿਆਂ ਦਰਿਆ ਵੇਖੇ, ਉਹ ਸੇਵਾ ਵੱਡਿਆਂ ਦੀ ਕਰਨੀ ਭੁੱਲ ਕੇ ਤੇ, ਸੇਵਾ ਵੱਡਿਆਂ ਦੀ ਕਰਨੀ ਭੁੱਲ ਕੇ ਤੇ, ਮੱਥੇ ਪੱਥਰਾਂ ਤਾਂ ਹੀ ਜਾ ਟੇਕੇ, ਉਹ ਬੱਚੇ ਫੀਸ ਅਤੇ ਕਿਤਾਬਾਂ ਲਈ ਰੋਈ ਜਾਂਦੀ। ਬੱਚੇ ਫੀਸ ਅਤੇ ਕਿਤਾਬਾਂ ਲਈ ਰੋਈ ਜਾਂਦੇ, ਵੀ ਉਹ ਫਿਰ ਵੀ ਜਾਵੇ ਰੋਜ਼ ਠੇਕੇ, ਘਰਾਂ ਦੇ ਘਰ ਨਸਿਆਂ ਖਾਲੀ ਕਰ ਦਿੱਤੇ, ਘਰਾਂ ਦੇ ਘਰ ਨਸਿਆਂ ਖਾਲੀ ਕਰ ਦਿੱਤੇ, ਉਹਨਾਂ ਵਾਰਸਾਂ ਦਿਲਾਂ ਅੰਦਰ ਕੋਈ ਬੜ ਵੇਖੇ, ਉਹ ਦਿਨੇ ਚੈਨ ਨਾਲ ਰਾਤ ਨੂੰ ਨੀਂਦ ਆਉਂਦੀ। ਉਹ ਦਿਨੇ ਚੈਨ ਨਾਲ ਰਾਤ ਨੂੰ ਨੀਂਦ ਆਉਂਦੀ, ਪੈ ਗਏ ਹਡਾਉਣੇ ਜਿਹੜੇ ਸੁਪਨੇ ਨਹੀਂ ਸਨ ਵੇਖੇ, ਉਹ ਆਉਣੇ ਰੋਣਾ ਅੱਖਾਂ ਨੂੰ ਸਾਫ਼ ਕਰ ਲੈਣਾ, ਉਹ ਆਉਣੇ ਰੋਣਾ ਅੱਖਾਂ ਨੂੰ ਸਾਫ਼ ਕਰ ਲੈਣਾ, ਮਾਰੂ ਰੋਂਦਿਆਂ ਕੋਈ ਜਹਾਨ ਵੇਖੇ, ਪ੍ਰੀਤ ਕਹੇ ਕਿ ਸਾਰਾ ਜੀਵਨ ਬਰਬਾਦ ਕੀਤਾ, ਤਾਂ ਹੀ ਕਰਲਾਵੇ ਕੋਈ ਵੀਰ ਨੰਦ ਸੇਵਰ ਵੇਖੀ, ਕੋਈ ਵੀਰ ਨੰਦ ਸੇਵਰ ਵੇਖੀ। ਬਹੁਤ ਸੋ ਇਹ ਕਿਤੇ ਨਾ ਕਿਤੇ ਅਸੀਂ ਵੀ ਜ਼ਰੂਰ ਸੁਨੇਹਾ ਦੇਵਾਂਗੇ, ਮੇਰਾ ਭਰਾ ਨਾ ਸੋ ਜਿਹੜੀ ਪੰਜਾਬ ਦੀ ਜਵਾਨੀ ਹੈ, ਨਸ਼ਿਆਂ ਤੋਂ ਜ਼ਰੂਰ ਦੂਰ ਰਿਹਾ ਕਰੋ, ਕਿਤੇ ਨਾ ਕਿਤੇ ਜਿਹੜਾ ਆਪਣਾ ਕੰਮਾਂ ਕਾਜਾਂ ਵੱਲ ਪਾਓ, ਆਪਣੇ ਟੈਲੈਂਟ ਨੂੰ ਜ਼ਰੂਰ ਅੱਗੇ ਲੈ ਕੇ ਆਓ। ਅਤੇ ਬਾਈ ਆਪ ਲਿਖਿਆ ਬਈ ਸ਼ੇਰ ਇਹ? ਨਹੀਂ, ਕਿਸ ਤੋਂ ਸੁਣਿਆ ਸੀ? ਮੈਂ ਪੂਰੀ ਫੀਲਿੰਗ ਨਾਲ ਤਾਰੀਫ ਕੀਤੀ। ਚੱਲ ਉਹ ਨਹੀਂ ਨਹੀਂ ਪਰ ਹਾਂ ਵੀ ਸੱਚ ਬੋਲੇ, ਇਹ ਸੱਚ ਬੋਲੇ, ਇਹ 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 ਗੱਲ ਪੁਆਇੰਟ ਹੈ। ਕੋਈ ਆਪ ਲਿਖਦਾ ਕੋਈ ਆਪ ਵੀ ਮਾੜਾ ਮੋਟਾ? ਆਪ ਤਾਂ ਜੀ ਹੋਰੀ ਸਾਹਿਬ ਜੀ ਦੇ ਲਿਖਦਾ ਜੀ, ਹੋਰੀ ਸਾਹਿਬ ਦੇਖ ਕੇ ਵਾਲਾ ਹੋਵੇ ਮਾੜਾ ਭਰਾ। ਮੇਰਾ ਭਰਾ ਕਹਿੰਦੇ ਮੇਰੇ ਵੀ ਥਾਪੜੇ ਪੈਣ। ਬਾਈ ਸਤਿ ਸ਼੍ਰੀ ਅਕਾਲ, ਠੀਕ ਠਾਕ ਮੇਰਾ ਭਰਾ, ਤੁਸੀਂ ਦੱਸੋ ਕਿਵੇਂ, ਸਿਹਤਾਂ ਸੁਹਤਾਂ ਕਿਵੇਂ ਹੈ, ਕਰਦੇ ਕੀ ਹੋ ਕੋਈ ਇਹਨੂੰ ਛੱਡ ਕੇ? ਕੁਛ ਨਹੀਂ ਬਾਈ, ਸਟੱਡੀ ਕਰ ਲਈ। ਸਟੱਡੀ ਕਰਦੇ ਹੋ? ਕਿੱਥੇ? ਗ੍ਰੈਜੂਏਸ਼ਨ ਕੰਪਲੀਟ ਹੋ ਗਈ। ਫਿਰ ਕੀ ਸੋਚਿਆ ਹੁਣ? ਪੀਟੀ ਦਾ ਸੋਚਿਆ। ਅੱਛਾ ਹੁਣ ਪੀਟੀ ਦਾ ਸੋਚਿਆ, ਮਤਲਬ ਉਹ ਤਾਂ ਓਵਰ ਆਲੀ ਤੇ ਪੀਟੀ ਬਾਰੇ ਸੋਚਿਆ ਹੋਇਆ। ਹਾਂਜੀ। ਲਾਈਫ 'ਚ ਕੀ ਸੋਚਿਆ? ਲਾਈਫ 'ਚ ਬਾਈ ਬਾਹਰ ਆ ਜਾਂਦੇ। ਕਿਹਦੇ ਨਾਲ? ਇਕੱਲੇ ਜਾਵਾਂ। ਅੱਛਾ ਇਕੱਲੇ ਜਾਏਂਗਾ, ਮਤਲਬ ਬੈਂਡ ਲੈ ਲੇਗਾ? ਠੀਕ ਹੈ, ਜ਼ਰੂਰ ਇਕੱਲਾ ਜਾਏਂਗਾ। ਉੱਥੇ ਜਾ ਕੇ ਕੀ ਕਰੇਗਾ ਫਿਰ ਤੂੰ? ਪੜ੍ਹਾਈ। ਉੱਥੇ ਆ ਕੇ ਪੜ੍ਹਾਈ ਕਰੇ? ਆਪ ਕੋ ਚਲੀ ਕਿਹੜੀ ਸੀ ਮਹਾਰਾਜ? ਮਹਾਰਾਜ ਜੀ ਕੋਈ ਨਹੀਂ, ਲਵਾਵਾਂਗੇ ਉਰੇ ਵੀ ਲਵਾਵਾਂਗੇ, ਟੈਨਸ਼ਨ ਨਾ ਲਓ, ਠੀਕ ਹੈ ਜੀ। ਅੱਛਾ ਉੱਥੇ ਬਈ ਕੀ ਸੋਚਿਆ ਕਿ ਵੀ ਕੰਮ ਕਾਜ ਆਹ ਕਰਨਾ ਚਾਹੁੰਦੇ ਲਾਈਫ ਦੇ ਵਿੱਚ? ਉੱਥੇ ਵੀ ਪੀਆਰ ਲੈ। ਉੱਥੇ ਪੀਆਰ ਲੈਣੀ? ਕਿਹਦੇ ਨਾਲ? ਇਕੱਲੇ ਲਵਾਂਗੇ। ਆ ਇਕੱਲਾ ਤੂੰ ਬਹੁਤ ਕੁਛ ਕਰਦਾ ਜ਼ਿੰਦਗੀ 'ਚ, ਹਾਂ ਚੰਗੀ ਗੱਲ ਹੈ, ਜ਼ਰੂਰ ਇਕੱਲੇ ਨੂੰ ਕਰਨਾ ਚਾਹੁੰਦਾ, ਮਤਲਬ ਇਕੱਲਾ ਤੂੰ ਜ਼ਿੰਦਗੀ 'ਚ ਕਾਮਯਾਬ ਹੋਏਗਾ। ਅੱਗੇ ਕੀ ਸੋਚਿਆ ਫਿਰ ਜਾ ਕੇ ਜਦੋਂ 26-27 ਸਾਲਾਂ ਦੀ ਉਮਰ ਹੋ ਗਈ? ਫਿਰ ਮੁੜਿਆ ਮੇਰੀ ਮੇਨ ਗੱਲ ਤਾਂ ਨਹੀਂ ਆਉਂਦਾ ਇਹ। ਅੱਛਾ ਜਦੋਂ 26-27 ਸਾਲ ਦਾ ਫਿਰ ਪਿੰਡ ਨੂੰ ਮੁੜੇਗਾ, ਇੱਥੇ ਆ ਕੇ ਫਿਰ ਕੀ ਕਰੇਗਾ? ਤੂੰ ਜ਼ਰੂਰ ਕੰਮ ਕਰੇ, ਮੈਂ ਤੇਰੇ ਨਾਲ ਹਾਂ ਮੇਰਾ ਭਰਾ, ਇੱਥੇ ਕੰਮ ਕੁੰਮ ਤੋਰ ਲਿਆ, ਫਿਰ ਕੀ ਕਰੇਗਾ? ਚੱਲ ਤੇਰਾ ਕੰਮ ਵਧੀਆ ਰੁੜ ਗਿਆ, ਪੈਸਾ ਵੀ ਚਾਰ ਚੰਗਾ ਕਮਾ ਲਿਆ, ਫਿਰ ਕੀ ਕਰੇਗਾ?
ਕਿਹਦੇ ਨਾਲ ਨਜ਼ਾਰੇ ਲਏਗਾ ਓਏ? ਅੱਛਾ ਇਕੱਲਾ ਨਜ਼ਾਰੇ ਲਏਗਾ ਤੂੰ? ਚੱਲ ਸਪੋਜ਼ ਕਰ, ਦੇਖ ਨਜ਼ਾਰੇ ਲੈਣ ਦੀ ਵੀ ਕੋਈ ਉਮਰ ਹੁੰਦੀ ਹੈ, ਸਾਲ ਤਾਂ ਨਜ਼ਾਰੇ ਲੈਤੇ, 26 ਸਾਲ ਆ ਕੇ ਤਾਂ ਨਜ਼ਾਰੇ ਲੈਣੇ ਸਟਾਰਟ ਕੀਤੇ, 27 ਸਾਲ ਤੱਕ ਤਾਂ ਨਜ਼ਾਰੇ ਲੈਤੇ, ਫਿਰ ਕੀ ਕਰੇਗਾ? ਮੈਂ ਚੱਲਿਆ ਘਰ ਦੇ ਕੀ ਸੋਚਦੇ ਆ ਵੀ ਮੁੰਡੇ ਦਾ ਵਿਆਹ ਕਰਨਾ ਜਾਂ ਨਹੀਂ ਕਰਨਾ? ਕਰ ਦੇਣਗੇ ਬਈ ਆਪਣੀ ਉਮਰ ਜੀ ਦੇ ਕੇ। ਕਿਹੜੀ ਉਮਰ 'ਚ ਤੈਨੂੰ ਲਾਦਾ ਤੇਰੇ ਘਰ ਤੇਰਾ ਵਿਆਹ ਕਰ ਦੇਣਗੇ? ਜਦੋਂ ਆ ਬਈਆ ਐਸ਼ ਜੀ ਕਰਾਂਗੇ ਉਦੋਂ ਕਰ ਦੇਣਗੇ। ਜਦੋਂ ਤੂੰ ਐਸ਼ ਨਜ਼ਾਰੇ ਜੀ ਵੀਰੇ, ਜਦੋਂ ਤੈਨੂੰ ਨਜ਼ਾਰੇ ਆਉਣਗੇ ਉਦੋਂ ਤੇਰੇ ਘਰ ਤੇਰਾ ਵਿਆਹ ਕਰਨਗੇ। ਕਰਾਉਣਾ ਘਰਦਿਆਂ ਦੀ ਮਰਜ਼ੀ ਨਾਲ ਹੀ ਹੈ? ਕੀ ਕਹਿੰਦੇ ਵੀ ਯਾਰ ਘਰਦਿਆਂ ਦੇ ਕੀ ਮੰਗ ਆ ਵੀ ਅਸੀਂ ਜਿਹੜੀ ਵੀ ਨੂੰਹ ਲੈ ਕੇ ਆਵਾਂਗੇ ਇੱਦਾਂ ਦੇ ਜਿਵੇਂ ਕਹਿੰਦੇ ਵੀ ਰਿਸ਼ਤੇਦਾਰੀ 'ਚ ਉਹਨਾਂ ਦੀ ਕੁੜੀ ਨਾਲ ਵਿਆਹ ਕਰਾਵਾਂਗੇ ਤਾਂ ਨਾਂ ਨਾਲੇ ਨਹੀਂ ਕਿਤੇ ਮੇਰੇ ਵੀ ਥਾਪੜੇ ਪੈਣ ਵਾਲੇ ਆਪੂ ਹੈ ਘਰਦਿਆਂ ਦੀ ਬਈ। ਹਾਂ ਵੀ ਘਰਦਿਆਂ ਨੇ ਸੱਚਿਆ ਵੀ ਮੰਮੀ ਨਹੀਂ ਕਹਿੰਦੀ ਵੀ ਮੇਰੀ ਤਾਂ ਨੂੰਹ ਭਾਈ ਇੱਦਾਂ ਦੀ ਆਵੇ? ਕੀ ਕਹਿੰਦੇ ਹੈ? ਮੰਮੀ ਕਹਿੰਦੇ ਵੀ ਮੇਰੀ ਨੂੰਹ ਇੱਦਾਂ ਦੀ ਆਉਣੀ ਚਾਹੀਦੀ ਹੈ। ਕਿਸੇ ਵੀ ਵਿਆਹ 'ਤੇ ਜਾਂਦੇ ਹਾਂ ਬਈ ਉਹ ਦੇਖ ਕੇ ਕੋਈ ਸੋਹਣੀ ਕੁੜੀ ਉਦੋਂ ਵਿਆਹ ਦਿੰਦੇ। ਅੱਛਾ ਜਦੋਂ ਤੇਰੀ ਮੰਮੀ ਕਿਸੇ ਦੇ ਵਿਆਹ 'ਤੇ ਜਾਂਦੀ ਤੇਰੀ ਮੰਮੀ ਦੇਖ ਕੇ ਸੋਹਣੀ ਕੁੜੀ ਕੀ ਕਹਿੰਦੀ ਹੈ ਫਿਰ? ਵੀ ਇਹਦੇ ਵਰਗੀ ਲੈ ਆਉਂਦੀ। ਅੱਛਾ ਉਹਦੇ ਵਰਗੀ ਲੈ ਕੇ ਆਉਣੀ ਹੈ? ਆਹ ਬਾਈ ਦੇ ਲੋਕਾਂ ਨਾ ਜਿਹੜੇ ਪੜ੍ਹਨ ਵਾਲੇ ਜਵਾਕ ਹੁੰਦੇ ਜ਼ਿਆਦਾ। ਸਤਿ ਸ਼੍ਰੀ ਅਕਾਲ ਬਾਈ। ਦੋ ਬਾਰਾਂ ਬਾਈ ਅਤੇ ਇਹ ਸੱਚੀ ਵਿਚਾਰ ਦੱਸੋ ਪੜ੍ਹਨ ਵਾਲਾ ਹੈਗਾ? ਹਾਂ ਇਹ ਇਹ ਪੜ੍ਹਨ ਵਾਲਾ। ਚਲ ਮੈਂ ਤੇਰੀ ਤਾਰੀਫ ਕੀਤੀ, ਚਾਰ ਬੰਦੇ ਮੁੰਡਾ ਪੜ੍ਹਨ ਵਾਲਾ। ਇੰਗਲਿਸ਼ ਗਲਤ ਹੋ ਗਿਆ ਫਿਰ ਤਾਂ? ਉਹ ਕੋਈ ਨਹੀਂ, ਕੋਈ ਨਾਂ ਤਾਂ ਕਿੱਡੀ ਗੱਲ, ਇੱਥੇ ਤਾਂ ਲੋਕ ਗਲਤ ਹੋਏ ਬੈਠੇ ਨੇ। ਕੀ ਗੱਲ ਨੇ ਬਾਈ ਜੀ, ਕੀ ਕੀਤਾ ਵੀ? ਕਿੰਨਾ ਕੁ ਨੱਚੀ ਵਿਆਹ ਦੇ ਵਿੱਚ, ਕਿੰਨਾ ਕੁ ਚੋ ਸੀਗਾ ਜੀ? ਵਾਧੂ ਨੱਚੀ ਜੀ? ਕਿਹੜਾ? ਇੱਕ ਤਾਂ ਹੁੰਦਾ ਵੀ ਜਿਵੇਂ ਹੁਣ ਮੁੰਡੇ ਨੇ ਮੁੰਡਿਆਂ ਨੂੰ ਜ਼ਿਆਦਾ ਨੱਚਣ ਲਾ ਦੇ ਨਾ, ਜਿਹਨਾਂ ਨੂੰ ਮੁੰਡੇ ਨੂੰ ਭੰਗੜਾ ਆਉਂਦਾ ਬੈਲ ਦਿਨ ਗੁੱਡ ਹੈ, ਜਿਹਨੂੰ ਨਹੀਂ ਆਉਂਦਾ ਮੇਰੇ ਵਰਗੇ ਵਿਚਾਰੇ ਕਿਸੇ ਪਾਸੇ ਉਂਗਲੀ ਖੜੀ ਕਰਕੇ ਐਂ ਕਰੀ ਜਾਣਗੇ। ਤੁਸੀਂ ਦੱਸੋ ਵੀ ਰੱਜ ਕੇ ਖਾਂਦੇ ਹੋ ਵਿਆਹ 'ਚ ਪੂਰਾ ਵੀ ਆਉਂਦਾ ਵੀ ਡੱਕ ਲੈ ਕਰਤੀ, ਉਹੀ 10 ਰੁਪਏ ਵਾਲੀ ਗੱਲ ਹੈ। ਉਹ ਘੱਟੋ ਘੱਟ ਖਾ ਤਾਂ ਜਲਦੀ ਚੀਜ਼ ਲੈ, ਆਹ ਦੇਖ ਤੂੰ ਪਨੀਰ ਵਾਲੇ ਪਕੌੜੇ ਦੇ ਪਿੱਛੇ ਅੜ ਗਏ ਮੁੰਡੇ। ਇਹ ਕੁੜੀਆਂ ਨੂੰ ਕੀ ਹੁੰਦਾ ਵੀ ਵਿਆਹ 'ਚ ਜਾ ਕੇ ਵੀ ਗੋਲਗੱਪੇ ਹੀ ਖਾਣੇ ਆ ਜੀ? ਮਤਲਬ ਤੁਹਾਡੇ ਗੋਲਗੱਪੇ ਤੁਹਾਡੇ ਫੇਵਰੇਟ ਹੈ ਜੀ? ਕੁੜੀਓ ਤੁਸੀਂ ਵੀ ਗੋਲਗੱਪੇ ਜ਼ਿਆਦਾਤਰ ਖਾ ਕੇ ਖੁਸ਼ ਹੋ? ਨਹੀਂ। ਕੀ ਖਾ ਕੇ ਖੁਸ਼ ਹੋ ਜੀ? ਮੈਨੂੰ ਸਾਰਾ ਕੁਝ ਚੱਲਦਾ। ਇਹ ਤਾਂ ਮਾੜੀ ਨਹੀਂ ਤਲੀ ਆ ਓਏ, ਇਹ ਤਾਂ ਮੈਂ ਲਾ ਲਿਆ ਹਿਸਾਬ। ਤੁਸੀਂ ਮਹਾਰਾਜ ਜੀ ਗੋਲਗੱਪੇ? ਗੋਲਗੱਪੇ ਜੀ ਸਾਰਾ ਕੁਝ ਜੀ। ਇਹ ਵੀ ਹਲਕੀ ਹੋਈ ਹੈ। ਹਾਂਜੀ ਮਹਾਰਾਜ ਜੀ ਮੈਂ ਵੀ ਸਾਰਾ ਕੁਝ ਖਾ ਲੈਣੀ ਹੈ। ਇਹ ਅਸਲ ਪਤਾ ਇਹ ਇਹ ਦੱਸ ਨਹੀਂ ਰਹੀਆਂ, ਇਹ ਉਹਨੇ ਲੰਗਰ ਵਾਲੀਆਂ ਵੀ ਲਫਾਫਾ ਚੱਕ ਲਫਾਫਾ। ਕਿਹੜੀ ਚੀਜ਼ ਯਾਤਰਾ ਖਾਂਦੇ ਆ? ਹੈਂ ਨੌਨ ਵੈਜ ਵੱਡੇ ਬਈ ਦੇ? ਕਦੇ ਕੋਈ ਐਂ ਸੋਚੇ ਵੀ ਨਹੀਂ ਵੀ ਵਿਆਹ 'ਚ ਬਸ ਇੱਕ ਬਰਫੀ ਖਾਣੀ ਹੈ? ਕਿਤੇ ਵੀ ਲਾ ਲੈ, ਵੈਸੇ ਤਾਂ ਤੂੰ ਵੀ ਮੈਨੂੰ ਹਲਕਾ ਵੀ ਲੱਗਦਾ। ਜੇ ਵਿਆਹ 'ਚ ਕਹਿਣਾ ਮੇਰਾ ਸਲਾਮੀ ਪੂਰੀ ਕਰਨੀ ਹੁੰਦੀ, ਬਸ ਮਰਜ਼ੀ ਖਾ ਲਈ। ਹਾਂ ਆਹ ਹੋਣਾ ਚਾਹੀਦਾ ਮਕਸਦ ਓਏ, ਤੂੰ ਕਾਮਯਾਬ ਹੋਵੇਂਗਾ, ਤੂੰ ਸੱਚੀ ਵਿੱਚ ਸਟਾਕ ਮਾਰਕੀਟ ਵਾਲਾ ਬੰਦਾ। ਤੁਸੀਂ ਮਹਾਰਾਜ ਜੀ ਬਰਫੀ ਸਰ? ਕੀ ਜੀ? ਬਰਫੀ ਸਰ। ਬਰ ਇਹ ਮਹਿੰਗੀ ਚੀਜ਼ ਖਾਂਦੀ ਹੈ। ਤੁਸੀਂ ਮਹਾਰਾਜ ਜੀ ਬਰਫੀ ਸਰ? ਬਰਫੀ ਦੋ ਬਰਫੀਆਂ ਵਾਲੀ ਵੀ ਹੋਗੀਆਂ ਤੁਸੀਂ ਜੀ? ਗੁਲਾਬ ਜਾਮਣ ਜੀ ਗਾ ਆ ਆਲ ਰਾਊਂਡਰ ਆ ਗਏ, ਇਹ ਨਹੀਂ ਛੱਡਦੇ ਕਿਸੇ ਚੀਜ਼ ਨੂੰ। ਜ਼ਿਆਦਾਤਰ ਗਲਤੀ ਕੌਣ ਮੰਨ ਲੈਂਦਾ ਵੀ ਪਹਿਲਾਂ? ਮੁੰਡੇ ਨੂੰ ਮੰਨਣੀ ਪੈਂਦੀ ਜੀ, ਇਹਨਾਂ ਦਾ ਚਨੇਲਾ ਦਾ ਕੀ ਪਤਾ, ਗਲ ਪਾ ਜਾਂਦੇ ਨੇ ਬਾਲਾ। ਤਾਂ ਇਹ ਚੜੀਲਾ ਕਹਿ ਦਿੱਤਾ ਹੁਣ ਉਹ ਭੁਗਤੀ ਨਤੀਜਾ, ਹਾਈਲਾਈਟ ਕਰ ਕਰ ਪਾਊਂਗਾ ਦੇਖ ਲੈ। ਅਤੇ ਅੱਛਾ ਵੀ ਇਹ ਛੇਤੀ ਮੰਨਦੀਆਂ ਨਹੀਂ ਹੈਗੀਆਂ ਵੀ ਤੁਸੀਂ ਆਪ ਹੀ ਗਲਤੀ ਮੰਨ ਲੈਂਦੇ ਹੋ? ਹਾਂਜੀ। ਕਿਵੇਂ ਬਾਈ ਦੱਸੋ, ਮੰਨ ਲੈਂਦੇ ਨੇ ਕੁੜੀਆਂ ਗਲਤੀ ਜਾਂ ਨਹੀਂ ਮੰਨਦੀਆਂ? ਨਾ ਬਾਈ ਮੰਨਦੀਆਂ, ਕੋਈ ਬੱਚੇ ਨਹੀਂ ਵੱਜਣੇ ਤੱਕ। ਤੂੰ ਕਹਿ ਹੈਂ, ਇਹ ਹੋਰ ਫੀਲਿੰਗਾਂ ਚੱਕਦਾ ਵੀ ਕੋਈ ਵਿੱਚ ਵੱਜਣ ਦੇ, ਫੇਰ ਹੀ ਪਤਾ ਲੱਗੂ ਕੌਣ ਮੰਨਦਾ ਜੀ। ਕਈ ਵਾਰੀ ਵਿੱਚ ਵੱਜੇ ਨਾਲ ਸੈਂਡਲ ਵੀ ਉੱਤੋਂ ਆ ਜਾਂਦੇ ਨੇ ਹੱਥ। ਮਹਾਰਾਜ ਜੀ ਮੰਨ ਲੈਂਦੇ ਨੇ ਗਲਤੀ ਜੀ? ਮੁੰਡੇ ਜੀ ਕੁੜੀ ਜੀ? ਆ ਦੱਸ ਕੌਣ ਮੰਨਦਾ ਤੇਰੇ ਹਿਸਾਬ ਨਾਲ? ਸੌਰੀ ਮੰਨ ਲੈਂਦੇ ਜੀ, ਕੁੜੀਆਂ ਵੀ ਮੰਨ ਲੈਂਦੀਆਂ ਮੁੰਡੇ ਵੀ।
ਕੁੜੀਆਂ ਵੀ ਮੰਨ ਲੈਂਦੇ ਨੇ ਇਹ ਇਹ ਚਲੋ ਦੋਨਾਂ ਦੇ ਪੱਖ 'ਚ ਗੱਲ ਹੋ ਗਈ। ਉਬਾ ਪਿੰਡ ਤੋਂ ਅਰਸ਼ ਭਾਈ ਸਾਡੇ ਨਾਲ। ਅਰਸ਼ ਭਾਈ ਇੱਕ ਗੱਲ ਨਿਕਲ ਕੇ ਆਈ ਹੈ, ਅਸਲ ਜਵਾਕ ਤੇਰੇ ਹਿਸਾਬ ਨਾਲ ਵਿਗੜਦਾ ਕਦੋਂ ਹੈ? ਵਿਗੜਦਾ ਤਾਂ ਇੱਕ ਦਿੱਕਤ ਆਉਂਦਾ ਦੇਖ ਪੈਸਾ ਆਉਣ ਲੱਗ ਜੇ, ਜਦੋਂ ਪੈਸਾ ਆਉਣ ਲੱਗ ਜੇ ਤੇ ਇੱਕ ਜਦੋਂ ਗੱਲ ਪੂਰੀ ਕਰਨ ਲੱਗ ਜਾਣ ਘਰ ਦੇ ਬਸ। ਮਤਲਬ ਇਹ ਕਹਿ ਸਕਦੇ ਵੀ ਆਪਾਂ ਘਰਦਿਆਂ ਨੂੰ ਬੱਚੇ ਨੂੰ ਬਣਾਉਣ ਵਿੱਚ ਤੇ ਬੱਚੇ ਨੂੰ ਵਿਗਾੜਨ ਵਿੱਚ ਘਰਦਿਆਂ ਦਾ ਮੇਨ ਰੋਲ ਹੈ? ਹਾਂ, ਕੁਛ ਉਹਦੇ ਬੰਦੇ ਦੇ ਸਾਰੇ ਵੀ ਹੁੰਦਾ ਹੈ, ਕੁਛ ਘਰਦਿਆਂ ਦਾ ਮੇਨ ਰੋਲ ਹੁੰਦਾ ਜੀ। ਜਿਵੇਂ ਆਪਾਂ ਕਹਿੰਦੇ ਨਾ ਵੀ ਬਈ ਮੁੰਡਾ ਮਾੜੀ ਸੰਗਤ 'ਚ ਪੈ ਗਿਆ ਤਾਂ ਲੱਗ ਗਿਆ। ਇੱਕ ਗਲਤੀ ਹੋ ਜਾਂਦੀ ਹੈ ਜਵਾਕ ਤੋਂ, ਘਰਦੇ ਕਹਿੰਦਾ ਕੋਈ ਗੱਲ ਨਹੀਂ, ਉਹ ਕਹਿੰਦਾ ਪਹਿਲਾਂ ਕੋਈ ਗੱਲ ਨਹੀਂ ਕਹਿ ਕੇ ਛੱਡਤੀ, ਉਹ ਥੋੜ੍ਹੀ ਜਿਹੀ ਹੋਰ ਕਰੂ ਫਿਰ। ਜੇ ਉਹਦੀ ਨੱਥ ਪਾਈਏ ਬੰਦਾ ਕਿਤੇ ਨਾ ਕਿਤੇ ਸਹੀ ਰਹੇ, ਠੀਕ ਹੈ। ਇੱਕ ਭਾਈ ਸੰਗਤ ਬਾਹਲਾ ਕਹਿੰਦੇ ਆਲਾ ਕਹਿੰਦਾ ਯਾਰ ਮੁੰਡਾ ਮੰਡੀਰ 'ਚ ਰਲ ਗਿਆ, ਸਾਡਾ ਮੁੰਡਾ ਤਾਂ ਬੈਠ, ਕੋਈ ਹਰੇਕ ਬੰਦਾ ਆਪਦੇ ਜਵਾਕ ਨੂੰ ਚੰਗਾ ਕਹਿੰਦੇ ਮੇਰੇ ਮੁੰਡੇ ਵਰਗਾ ਮੁੰਡਾ ਨਹੀਂ ਹੈਗਾ ਭਾਈ। ਉਹ ਤਾਂ ਬੰਦੇ ਦੇ ਸਾਰੇ ਹੁੰਦੇ ਜੀ, ਹੁਣ ਮੰਡੀਰ 'ਚ ਸਾਰੇ ਹੀ ਰਹਿੰਦੇ ਨੇ, ਸਾਰਿਆਂ ਦੇ ਹਰੇਕ ਦੇ ਲਿੰਕ ਹੁੰਦੇ ਨੇ ਬਾਈ, ਚੰਗਿਆਂ ਨਾਲ ਮਾੜਿਆਂ ਨਾਲ। ਬਿਲਕੁਲ, ਉਹ ਬੰਦੇ ਦੇ ਸਾਰੇ ਹੁੰਦਾ, ਬੰਦੇ ਦਾ ਲੱਗਣਾ ਨਾ ਲੱਗਣਾ, ਹੁਣ ਰਹਿੰਦਾ ਬੰਦਾ ਹਰੇਕ ਹੀ, ਬੰਦੇ ਨੂੰ ਜ਼ਰੂਰੀ ਹੈ ਲਿੰਕ ਬਣਾਉਣੇ ਤਾਂ। ਸਹੀ ਗੱਲ ਹੈ, ਯਾਰੀ ਦੋਸਤੀ ਅਸਲ ਮੇਂ ਤਾਂ ਦੋ ਕੀ ਨਿਕਲਦੇ ਨੇ ਜਿੱਥੋਂ ਤੱਕ ਸਿੱਟਾ ਨਿਕਲਿਆਗਾ, ਬਾਕੀ ਤਾਂ ਇਕੱਲੇ ਨਾਮ ਦਾ ਜਿਗਰੀ ਜਾਂ ਭਾਈ ਮੇਰਾ ਜਾਣ, ਇਹ ਤਾਂ ਚੀਜ਼ਾਂ ਨਾਮ ਦੇ ਰਹਿ ਗਏ ਹੁਣ। ਹਾਂ, ਬੰਦੇ ਤਿੰਨ ਜਾਂ ਚਾਰ ਹੀ ਹੁੰਦੇ ਨੇ ਅਸਲ ਵਿੱਚ ਤਾਂ ਜਿਹੜੇ ਸੱਚੇ ਦਿਲੋਂ ਸਪੋਰਟ ਕਰਦੇ ਆ। ਬੰਦਾ ਹਾਲਾਂਕਿ ਘਰੋਂ ਵੀ ਗਾਣਾ ਲੈ ਸਕਦਾ ਬੰਦਾ, ਘਰੋਂ ਤੁਸੀਂ ਇੱਕ ਲਾਈਨ ਲਾ ਲਓ ਵੀ ਘਰੋਂ ਨਿਕਲਣ ਵਾਲਾ ਕੰਮ ਹੋ ਜਾਂਦਾ ਜੇ ਸੱਚੇ ਦਿਲੋਂ ਸਪੋਰਟ ਕਰਨੀ ਹੋ ਯਾਰੀ 'ਚ, ਪਰ ਸਾਹਮਣੇ ਵਾਲਾ ਬੰਦਾ ਵੀ ਸਮਝੇ ਯਾਰੀ ਨੂੰ, ਇਕੱਲੀਆਂ ਨਹੀਂ ਵੀ ਬਸ ਦੱਸ ਦਿਨ ਰਹਿ ਲਏ ਆਪਾਂ, ਘੁੰਮ ਲਏ ਫਿਰ ਲਏ, ਖਾ ਪੀ ਲਿਆ, ਉਦੋਂ ਬਾਅਦ ਬੰਦੇ ਨੂੰ ਫੋਨ ਲਾਉਣੋਂ ਹਟ ਕੇ ਐਂ ਕਰ। ਵੀ ਉਦਾਂ ਦੀ ਯਾਰੀ ਦੀ ਨਹੀਂ ਚਾਹੀਦੀ ਲਾਈਫ ਦੇ ਵਿੱਚ। ਬਹੁਤ ਸੋਹਣੀ ਸੋਚ ਹੈ ਮੇਰੇ ਪਰ, ਥੈਂਕ ਯੂ ਸੋ ਮਚ। ਯਾਰ ਹੋਵੇ ਹਥਿਆਰ ਹੋਵੇ, ਚੱਲਦਿਆਂ 'ਤੇ ਮਾਣ ਕਰੀ, ਅੜਨ ਲੱਗ ਜੇ ਜਦੋਂ ਗਰਾਰੀ, ਇਹਨਾਂ 'ਤੇ ਨਾ ਇਤਵਾਰ ਕਰੀ, ਅਸਲਾ ਅਸਲ ਦਾ ਬੰਦਾ ਨਸਲ ਦਾ, ਬੇੜੀ ਪਾਰ ਕਰਦੇ ਸਮੇਂ ਆਉਣ 'ਤੇ ਪਰਖੇ ਜਾਂਦੇ, ਜਿਹੜੇ ਬਾਹਲਾ ਜਿਗਰੀ ਜਿਗਰੀ ਕਰਦੇ। ਬਾਈ ਬਹੁਤ ਸੋਹਣਾ ਸ਼ੇਅਰ ਹੈ ਮੇਰਾ, ਆਪ ਲਿਖਣਾ ਬਾਈ? ਹਾਂਜੀ ਬਾਈ, ਆਪ ਬਹੁਤ ਬਹੁਤ ਸੋਹਣੀ ਕਰਨਾ ਬਾਈ, ਬਹੁਤ ਸੋਹਣੀ ਕਰਨਾ। ਇੱਕ ਉਹ ਲਿਖਿਆ ਸੀਗਾ ਬੰਦੇ ਦੇ ਦਿਲ 'ਤੇ, ਮਤਲਬ ਵੀ ਬੰਦਾ ਇਸ਼ਕ 'ਚ ਅੱਗੇ ਪਿੱਛੇ ਨਹੀਂ ਦੇਖਦਾ ਬਾਈ। ਇੱਕ ਗੱਲ, ਬੰਦਾ ਕਦੇ ਕੁੜੀ ਲੱਖ ਕਹਿ ਦਿੰਦੇ ਆਪਾਂ ਹੈ ਨਾ ਵੀ ਸੱਚਾ ਇਸ਼ਕ ਦੋਨਾਂ ਪਾਸੋਂ, ਚੱਲ ਹੁੰਦਾ, ਬਟ ਕੁੜੀ ਫਿਊਚਰ ਸੋਚੋ। ਬੰਦਾ ਉਹ ਸੀਗਾ ਕਹਿੰਦਾ, ਜਾਲ ਹੁਸਨਾ ਦਾ ਸੁੱਟਿਆ, ਨਾ ਜਾਤ ਵੇਖੇ ਨਾ ਧਰਮ ਦੇਖੇ, ਇਸ਼ਕ ਕਹਾਣੀਆਂ ਕਿੰਨੀਆਂ ਨੇ, ਨਾ ਰੂਹ ਦੇਖੇ ਨਾ ਜਿਸਮ ਦੇਖੇ, ਦਿਲ ਮਰਦਦਾ ਨਾ ਅੱਗੇ ਦੇਖੇ ਨਾ ਪਿੱਛੇ ਦੇਖੇ, ਰੂਪਨਾਰ ਦਾ ਦਿਮਾਗ ਲਗਾਉਂਦਾ, ਨਾ ਇਸ਼ਕ ਦੇਖੇ ਨਾ ਦਿਲ ਦੇਖੇ। ਗੱਲ ਬਈ ਬੜੀ ਸੋਹਣੀ ਕੱਢ ਕੇ ਲੈ ਕੇ ਨਾ, ਵੀ ਰੂਪਨਾਰ ਦਾ ਵੀ ਹੁਸਨ ਤਾਂ ਵੀ ਦਿਮਾਗ ਲਾਉਂਦਾ ਜੀ, ਵੀ ਨਾ ਦਿਲ ਦੇਖਦਾ ਨਾ ਇਸ਼ਕ ਦੇਖਦਾ ਗਾ, ਵੀ ਬੰਦੇ ਦਾ ਦਿਲ ਨਾ ਘਰ ਦੇਖਦਾ ਨਾ ਜ਼ਿੰਦਗੀ ਦੇਖਦਾ, ਉਹਨੂੰ ਦੇਖਦਾ ਬਸ ਜਿਹਨੂੰ ਚਾਹੁੰਦਾ। ਇਹ ਲਿਖਦੇ ਹਾਂ ਬਟ ਹੁਣ ਘਰਦਿਆਂ ਤੱਕ ਵੀ ਜਾਣੀ ਹੈ ਗੱਲ, ਘਰੇ ਵੀ ਪਤਾ ਡੈਡੀ ਫੁੱਲ ਸਪੋਰਟ ਕਰਦੇ ਬਾਈ। ਨਹੀਂ ਤਾਂ ਟੈਲੈਂਟ ਆ ਬਾਈ ਤੇਰਾ, ਤੇ ਤਾਂ ਜਿਹੜੀ ਹਕੀਕਤ ਵਿਚਰਦੀ ਆ ਉਹੀ ਲਿਖੀ ਹੈ। ਪਿੰਡ 'ਚ ਕਹਿ ਦਿੰਦੇ ਨੇ ਤੂੰ ਕੀ ਕਰੀ ਜਾਂਦਾ ਗਾ, ਐਵੇਂ ਪਾਉਣਾ ਰਹਿਣਾ ਵੀਡੀਓ, ਪਰ ਬਾਈ ਜਦੋਂ ਕਲਾ ਬਖਸ਼ ਯਾਰ ਆਪਣੇ ਕਰਨੀ ਤਾਂ ਜ਼ਰੂਰੀ ਆ। ਇੱਕ ਇੱਕ ਗੱਲ ਬਾਈ ਬੜੀ ਸੋਹਣੀ ਕਹੀ ਹੈ ਨਾ ਤਾਂ, ਵੀ ਜ਼ਿਆਦਾਤਰ ਕੀ ਹੈ ਵੀ ਕੁੜੀ ਫਿਊਚਰ ਦੇਖਦੀ ਹੈ, ਮੁੰਡਾ ਉਹ ਚੀਜ਼ ਨਹੀਂ ਦੇਖਦਾ, ਜਦੋਂ ਮੁੰਡਾ ਜਿੱਥੇ ਖੜ ਗਿਆ ਤਾਂ ਫਿਰ ਖੜ ਗਿਆ ਨਾ, ਖੜ ਗਿਆ ਬਾਈ। ਕੀ ਹੁੰਦਾ ਵੀ ਮਨ 'ਚ ਵੀ ਮੁੰਡਾ 'ਚ ਆਪਾਂ ਜ਼ਿਆਦਾ ਤਰੱਕੀ ਦੇਖਦ੾ ਨਾ ਵੀ ਮੁੰਡੇ ਜ਼ਿਆਦਾ ਕਹੀ ਇੱਦਾਂ ਦੀ ਵੀ ਸੀਨ ਬਈ ਦੇਖੇ ਵੀ ਮੁੰਡੇ ਫਾਹੇ ਲੱਗੇ ਕਈ ਸੁਸਾਈਡ ਕਰ ਜਾਂਦੇ ਇਹ ਚੱਕਰ ਦੇ ਵਿੱਚ ਨਾ। ਚਲੋ ਪਹਿਲਾਂ ਤਾਂ ਕਹਿੰਦੇ ਵੀ ਚਲੋ ਆਪਦੀ ਆਪਦੀ ਸੋਚ ਹੈ ਕਿਸੇ ਨੂੰ ਵੈਸੇ ਇਹ ਚੀਜ਼ 'ਚ ਪੈਣਾ ਹੀ ਨਹੀਂ ਚਾਹੀਦਾ, ਪਰ ਜੇ ਬੰਦਾ ਪੈ ਗਿਆ ਬੰਦਾ ਇਹਨਾਂ ਕਿਉਂ ਇੰਨਾ ਡੂੰਘਿਆ ਕਿਉਂ ਜਾਂਦਾ ਇਸ ਫੀਲਡ ਦੇ ਵਿੱਚ ਪਤਾ ਨਹੀਂ ਲੱਗਦਾ ਬਾਈ ਬੰਦੇ ਨੂੰ। ਪਤਾ ਨਹੀਂ ਲੱਗਦਾ ਇਹ ਚੀਜ਼ 'ਚ ਬੰਦਾ, ਆਪਾਂ ਕਹਿੰਦੇ ਸੱਚਾ ਇਸ਼ਕ ਵੀ ਇਸ਼ਕ ਕਹਾਣੀਆਂ ਪੂਰੀਆਂ ਹੋਈਆਂ, ਸੱਚਾ ਇਸ਼ਕ ਦੋਨਾਂ ਪਾਸੋਂ ਨਹੀਂ ਹੁੰਦਾ ਬਾਈ। ਜਾਂ ਤਾਂ ਬੰਦਾ ਸੱਚਾ ਇਸ਼ਕ ਕਰੂ, ਕੁੜੀ ਇਸ਼ਕ ਕਰਦੀ ਆ, ਬਟ ਓਨਾ ਨਹੀਂ, ਮੰਨ ਲਓ 100 ਚੋਂ ਆਪਾਂ 60% ਕਹਿ ਸਕਦੇ ਹਾਂ। ਜੇ ਕੁੜੀ ਸੱਚਾ ਇਸ਼ਕ ਕਰਦੀ ਮੁੰਡਾ 60% ਕਰੂ,
ਇਹ ਆਪਣੇ ਨਾਲ ਹੋਰ ਤਾਂ ਹੈ ਨਹੀਂ, ਬਟ ਪੜ੍ਹਦਾ ਰਹਿਣਾ ਬਈ ਮੈਂ ਕਿਤਾਬਾਂ ਕਤੂਬਾਂ ਤੇ ਨੌਲੇਜ ਇਕੱਠੀ ਕੀਤੀ। ਇੱਕ ਚੀਜ਼ ਕਿਤੇ ਨਾ ਕਿਤੇ ਇੱਥੇ ਆਪਾਂ ਇਹ ਸੋਚੀਏ ਇਹ ਵੀ ਚੀਜ਼ ਵਾਸਤੇ, ਜਿਵੇਂ ਕਿਹਾ ਬਈ ਕੁੜੀ ਫਿਊਚਰ ਦੇਖਦੀ ਹੈ ਨਾ, ਤਾਂ ਕਿਤੇ ਨਾ ਕਿਤੇ ਚੀਜ਼ ਜਾਇਜ਼ ਵੀ ਆ ਯਾਰ, ਹੁਣ ਨਾ ਮਨ 'ਚ ਵੀ ਕੁੜੀ ਵਿਆਹ ਕੇ ਆ ਗਈ, ਜੇ ਵਿਚਾਰਾ ਮੁੰਡਾ ਕੁਛ ਕਰ ਦਿੰਦਾ ਇਕੱਲਾ ਪਿਆਰ ਵੀ ਕੀ ਕਰੂ ਯਾਰ, ਉਹ ਬਈ ਸਿਲੈਕਟ ਕਰਨ ਵੇਲੇ ਸੋਚਣਾ ਚਾਹੀਦਾ ਨਾ। ਕੁੜੀ ਨੇ ਮੰਨ ਲਾ ਕਰ ਲਿਆ, ਫਿਰ ਮੁੰਡੇ ਨੇ ਕਰ ਲਿਆ ਬਈ, ਠੀਕ ਆ, ਉਸ ਤੋਂ ਬਾਅਦ ਅੱਗੇ ਜਾ ਕੇ ਉਹਨੂੰ ਸੋਚਣਾ ਚਾਹੀਦਾ ਵੀ ਇਹ ਬੈਟਰ ਹੈਗਾ ਕਿ ਨਹੀਂ। ਇਕੱਲਾ ਇਹ ਵੀ ਨਹੀਂ ਵੀ ਆਪਾਂ ਚਾਹੁਣ ਵਾਲੇ ਦੇ ਝੁੱਗੀਆਂ ਵਾਲੇ ਦੇ ਬਾਗੀ, ਉਹ ਕੋਈ ਫਾਇਦਾ ਨਹੀਂ, ਤਾਂ ਅੱਗੇ ਖਾਣ ਪੀਣ ਨੂੰ ਘਰਦਿਆਂ ਦੀ ਵੀ ਇੱਜ਼ਤ ਰੱਖਣੀ ਚਾਹੀਦੀ ਆ ਕਰਨਾ। ਪਹਿਲਾਂ ਤੋਂ ਬਈ ਕਹਾਣੀਆਂ ਚੱਲਦੀਆਂ ਆਉਂਦੀਆਂ ਨੇ ਇਸ਼ਕ, ਲੋਕ ਕਹਿੰਦੇ ਨੇ ਇਹਨੇ ਦਾਗ ਲਾਤਾ ਇਸ਼ਕ 'ਤੇ, ਇਸ਼ਕ ਬਈ ਦਾਗ ਉੱਥੇ ਲੱਗਦਾ ਜਦੋਂ ਆਪਾਂ ਘਰ ਬਦਲੂ ਜੇ ਹੋ ਜਾਈਏ, ਸਮਝ ਗਏ ਨਾ, ਵੀ ਆਪਾਂ ਜੇ ਇੱਕ ਥਾਂ 'ਤੇ ਰਹੇ ਉੱਥੇ ਘਰਦਿਆਂ ਦੀ ਇੱਜ਼ਤ ਵੀ ਬਣਦੀ ਆ, ਬਾਕੀ ਸਿਰੇ ਸਟੈਂਡ ਦਾ ਹੋਣਾ ਚਾਹੀਦਾ ਬੰਦਾ, ਪ੍ਰੋਪਰ ਲੈਵਲ ਦਾ ਹੋਣਾ ਚਾਹੀਦਾ। ਇਹ ਨਹੀਂ ਵੀ ਆਪਾਂ ਸੋਹਣਾਪਣ ਦੇਖ ਲਿਆ ਇਕੱਲਾ ਬਸ, ਜਾਂ ਪੈਸਾ ਦੇਖ ਲਿਆ, ਗੱਡੀ ਦੇਖ ਲਈ ਮੁੰਡੇ ਕੋਲ, ਨਾ, ਸਾਰਾ ਕੁਛ ਹੀ ਦੇਖਣਾ। ਇਹ ਮੈਂ ਫਿਰ ਜੀ ਭਾਈ ਜੀ ਆਪਾਂ ਇੱਕ ਚੀਜ਼ ਦੇਖੀਏ, ਪੈਸਾ ਕਮਾਉਣਾ ਵੱਡੀ ਗੱਲ ਨਹੀਂ, ਆਪਾਂ ਤੇਰੀ ਗੱਲ ਲੱਗ ਰਹੀ ਮੇਰਾ ਪੁਰਾਣਾ, ਪਰ ਜੇ ਇਹ ਵੀ ਚੀਜ਼ ਯਾਰ ਜਾਇਜ਼, ਜੇ ਬੰਦੇ ਕੋਲ ਮੈਂ ਕਹਿੰਦਾ ਪੈਸਾ ਹੋਊਗਾ ਤਾਂ ਬੰਦੇ ਕੋਲ ਸਾਰਾ ਕੁਛ ਹੀ ਹੋ ਸਕਦਾ ਯਾਰ। ਨਹੀਂ ਨਹੀਂ ਜੇ ਵੀ ਮਤਲਬ ਕੱਲ੍ਹ ਹੀ ਬ੍ਰੇਕਅਪ ਹੋਇਆ ਯਾਰ ਮੇਰਾ, ਮਾਰੇਗਾ ਚੰਦਰਾ ਮੈਨੂੰ ਇੱਥੇ ਕੁਰਸੀ ਲਵਾਓ ਬਈ, ਇਹਦਾ ਡੀਪਲੀ ਵਗ ਗਿਆ। ਮੇਰੇ ਨਾਲ ਦੇ ਮੁੰਡੇ ਵੀ ਖੜੇ ਆ, ਉਹ ਮੈਨੂੰ ਅੱਜ ਡੀਪ ਇੱਥੇ ਡੈਮੋ ਲਵਾਉਣ ਲਿਆ ਹੈ, ਕਹਿੰਦੇ ਆਪਾਂ ਵੀ ਚੱਲ ਅੱਗੇ ਵੱਧਦੇ ਹਾਂ ਅਤੇ ਮੈਂ ਆਈਲੈਸ ਕਰ ਲਾਂ 6.5 ਬੈਂਡ। ਕੀ ਬਾਤ ਹੈ ਬਈ, ਹੈ 2021 ਚ ਪੈਸੇ ਨਾਲ ਬਈ ਖਰੀਦ ਤਾਂ ਲਓ, ਪਰ ਉਹ ਚੀਜ਼ ਰਿਸ਼ਤੇ ਨਹੀਂ ਮਿਲਦੇ ਬੰਦੇ ਨੂੰ। ਅਤੇ ਉਹ ਵਿਆਹ ਦੀ ਵੀ ਬਈ ਗੱਲ ਚੱਲੀ ਸੀਗੀ, ਇੱਕ ਤਾਂ ਥੋੜ੍ਹਾ ਜਿਹਾ ਕਾਸਟ ਦਾ ਪ੍ਰੋਬਲਮ ਹੈ, ਆਪਾਂ ਜੱਟ ਹੈ ਉਹ ਕੀ ਹੁੰਦੇ ਹੈਗੇ, ਚਲੋ ਕੋਈ ਨਹੀਂ ਜੋ ਵੀ ਮਿਸਤਰੀ ਨੇ, ਬਸ ਐਂ ਜਿਹਾ ਚੱਕਰ ਜਿਹਾ ਪੈ ਗਿਆ, ਠੀਕ ਹੈ। ਅਤੇ ਉਹ ਫਿਰ ਸਟਾਈਲ ਲੈਣਾ ਚਾਹੀਦਾ ਸੀ, ਉਹਨੇ ਸੋਚਣਾ ਸੀ ਉਦੋਂ, ਹੁਣ ਮੈਨੂੰ ਦੇਖੀ ਸਾਰਾ ਕੁਛ ਵੀ ਮਤਲਬ ਮੇਰੇ ਕੋਲ ਜੋ ਕੁਛ ਹੈ ਉਹਨੂੰ ਪਤਾ ਹੀ ਆ, ਸਾਰਾ ਕੁਛ ਆਪਾਂ ਦੱਸ ਹੀ ਦਿੱਤਾ ਸੀ। ਉਹਦੇ ਫਾਦਰ ਸਾਹਿਬ ਵੀ ਆਏ ਸੀ ਸਾਡੇ ਘਰੇ, ਉਹ ਘਰ ਘੁਰ ਦੇਖ ਕੇ ਵੀ ਸੈਟਿਸਫਾਈਡ ਸੀਗੇ ਜੀ, ਪਤਾ ਨਹੀਂ ਬਾਅਦ 'ਚੋਂ ਕੀ ਹੋਇਆ ਹੁਣ, ਅਤੇ ਮੈਂ ਹਾਂ ਚੱਲ ਕੋਈ। ਅਤੇ ਫਿਰ ਕੁੜੀਆਂ ਦਾ ਹੁੰਦਾ ਹੀ ਹੈ ਜੀ, ਇਹਨਾਂ ਦਾ ਦਿਲ ਪਤਲਾ ਹੁੰਦਾ ਹੈ ਮੁੰਡਿਆਂ ਨੂੰ, ਇਹ ਗੱਲ ਜਾਇਜ਼ ਆ, ਐਡੀ ਇਹਨਾਂ ਨੂੰ ਬਾਹਲਾ ਤੌਂਤ ਲਾਉਣ ਦੀ ਲੋੜ ਨਹੀਂ ਵੀ ਚਲੋ ਕੋਈ ਗੱਲ ਨਹੀਂ, ਹੁੰਦੇ ਮੁੰਡੇ ਸੱਚੀ ਦਲੇਰ ਹੁੰਦੇ। ਨਹੀਂ ਬਈ ਤੈਨੂੰ ਕੀ ਲੱਗਦਾ ਵੀ ਸਾਰਾ ਕੁਛ ਪਹਿਲਾਂ ਤਾਂ ਸਹੀ ਚੱਲਦਾ ਸੀ ਪੂਰਾ ਘੈਂਟ, ਫਿਰ ਆਖਿਰਕਾਰ ਤੇਰੇ ਹਿਸਾਬ ਨਾਲ ਵੀ ਰੀਜਨ ਜ਼ਿਆਦਾਤਰ ਪ੍ਰੈਸ਼ਰ ਬਈ ਕੁੜੀਆਂ ਦੇ, ਉਹਨਾਂ ਨਹੀਂ ਹੈ ਫਰੀਡਮ ਹੈਗੀ, ਜਿਵੇਂ ਤੂੰ ਵੀ ਮਤਲਬ ਪਿਆਰ ਕਰ ਲਿਆ ਮੈਂ ਕਿਸੇ ਕੁੜੀ ਨੂੰ ਵੀ ਉਹ ਭੱਜ ਕੇ ਜਾਣਾ ਪੂਰਾ, ਹੁਣ ਪਿਛਲੇ ਰਿਸ਼ਤੇ ਟੁੱਟ ਜਾਂਦੇ, ਜੇ ਪਿਆਰ ਪਾਉਣਾ ਕੁਛ ਖੋਣਾ ਵੀ ਪੈਂਦਾ ਕੁਛ ਪਾਉਣ ਲਈ, ਠੀਕ ਹੈ ਨਾ, ਅੱਜ 100 ਚੋਂ 1-2% ਹੁੰਦਾ ਵੀ ਸਹਿਮਤੀ ਨਾਲ ਗੱਲ ਬਣ ਗਈ, ਨਹੀਂ ਤਾਂ ਬਸ ਕੋਰਟ ਮੈਰਿਜ ਹੀ ਹੈ ਕੰਮ, ਅਤੇ ਆਪਾਂ ਫਿਰ ਥੋੜ੍ਹਾ ਜਿਹਾ ਇਹ ਚੀਜ਼ ਹੋ। ਤੈਨੂੰ ਕੀ ਲੱਗਦਾ ਜੇ ਆਹ ਸਿਸਟਮ ਐਂ ਹੁੰਦਾ ਤਾਂ ਸ਼ਾਇਦ ਸਾਡਾ ਹੋ ਜਾਣਾ ਸਭ ਕੁਛ ਸਹੀ? ਹਾਂ ਹੋ ਜਾਂਦਾ। ਕੀ ਚੀਜ਼ ਤੂੰ ਦੇਖਦਾ ਵੀ ਯਾਰ ਆਹ ਚੀਜ਼ ਹੋ, ਜੇ ਹੁੰਦੀ ਸਿਸਟਮ ਇੱਦਾਂ ਦਾ ਹੁੰਦਾ ਤਾਂ ਕੁਛ ਬਣ ਜਾਂਦਾ? ਜੇ ਉਹਦਾ ਫੁੱਫੜ ਨਾ ਵਿੱਚ ਅੜਿਆ ਹੁੰਦਾ, ਸਿੱਧਾ ਹੀ ਹਿਸਾਬ ਉਹਦਾ ਫੁੱਫੜ ਯਾਰ, ਮੈਨੂੰ ਥੋੜ੍ਹਾ ਜਿਹਾ ਵੀ ਦੋ ਵਾਰੀ ਉਹਨਾਂ ਨੇ ਮੇਰਾ ਮੈਡੀਕਲ ਟੈਸਟ ਹੀ ਕਰਾ ਲਿਆ, ਉਹ ਵੀ ਮੁੰਡਾ ਪੁੱਛ ਲੈਂਦੇ ਆ ਜਦੋਂ ਪੁੱਛ ਗਿੱਛ ਕਰਦੇ ਆ, ਕੋਈ ਲੱਗਦੇ ਵੀ ਹੁੰਦੇ ਆ, ਕੋਈ ਬਹੁਤ ਨੇ ਚੰਗਾ ਗਿਆ, ਬਹੁਤ ਕਹਿੰਦੇ ਨਸ਼ਾ ਕਰਦਾ ਮੁੰਡਾ, ਮੈਨੂੰ ਲੈ ਗਏ ਉਹਨਾਂ ਨੇ ਟੈਸਟ ਜਾ ਕੀਤਾ ਨੈਗੇਟਿਵ, ਦੋ ਵਾਰੀ ਨੈਗੇਟਿਵ ਆ ਗਿਆ, ਫਿਰ ਮੰਨੇ ਉਹ, ਫਿਰ ਕੁੜੀ ਦਾ ਰਿਸ਼ਤਾ ਹੀ ਭੂਆ ਨੇ ਕਰਾਉਣਾ ਸੀ, ਉਹ ਫਿਰ ਮੈਂ ਤੂੰ ਲੈ ਆ ਹੁਣ ਸੀਗੀਆਂ ਪਾਉਣ ਲੱਗ ਗਿਆ। ਨਹੀਂ ਠੀਕ ਹੈ ਫਿਰ, ਪਰ ਇੱਕ ਗੱਲ ਤਾਂ ਜਾਇਜ਼ ਆ ਫਿਰ ਯਾਰ, ਘਰਦਿਆਂ ਨੂੰ ਹੁੰਦਾ ਹੀ ਵੀ ਕੁੜੀ ਮੁੰਡਾ ਨਸ਼ਾ ਪੱਤਾ ਤਾਂ ਨਹੀਂ ਕਰਦਾ, ਨਹੀਂ ਤਾਂ ਪਹਿਲਾਂ ਮੇਨ ਗੱਲ ਆ ਗਈ, ਫਿਰ ਹੁਣ ਨੈਗੇਟਿਵ ਆ ਗਿਆ, ਹੁਣ ਤਾਂ ਕਰ ਦਿੰਦੇ ਯਾਰ, ਹੱਕ ਸੀਗਾ, ਬਾਕੀ ਮੇਰੇ ਕੋਲ ਇੰਨਾ ਹੈਗਾ ਸੀ, ਮੈਂ ਕੁੜੀ ਨੂੰ ਬਹੁਤ ਐਸ਼ ਕਰਾ ਦਿੰਦਾ, ਅਤੇ ਅੱਜ ਵੀ ਮੈਂ ਇੱਕ ਮੈਚ ਖੇਡਣ ਦਾ 10,000 ਰੁਪਈਆ ਲੈਂਦਾ, ਬਾਸਕਟਬਾਲ ਦਾ ਪਲੇਅਰ ਹਾਂ, ਜੇ ਤੂੰ ਵੀ ਲੈ ਕੇ ਜਾਣਾ ਨਾਲ ਕਿਸੇ ਨੇ ਵੀ, ਇੱਕ ਮੈਚ ਜਮ੍ਹਾਂ ਐਂਟਰ ਹੋਣ ਦੇ ਹਾਰੀ ਜਿੱਤੀ। ਅੱਛਾ, ਪੈਸੇ ਪੂਸੇ ਕਮਾਉਣੇ ਯਾਰ ਨੋਰਮਲ ਗੱਲ ਆ, ਹੁਣ ਕੀ ਸੋਚਣਾ ਫਿਰ, ਹੁਣ ਅੱਗੇ ਵੱਧ ਯਾਰ, ਕੀ ਹੁਣ ਕੀ ਸੋਚਿਆ ਲਾਈਫ ਦੇ ਵਿੱਚ ਫਿਰ? ਹੁਣ ਇੱਕ ਹੋਰ ਆਈ ਆ ਪਸੰਦ, ਦੇਖਦੇ ਹਾਂ।
ਫਿਰ ਠੀਕ ਆ ਯਾਰ, ਫਿਰ ਹੁਣ ਮੈਂ ਦੱਸੋ ਆਪਾਂ ਹਜੇ ਵੀ ਰਾਜੀ ਆ ਜੀ, ਆ ਜੇ ਆਪਾਂ ਕੋਈ ਪਸੰਦ ਨੀ ਕਰਦੇ, ਮੁੜਕਾ ਲਿਆਤਾ ਮੈਂ ਤਾਂ ਪੂਰਾ ਦੁਖੀ ਹੋ ਗਿਆ ਸੀ, ਮੈਂ ਬਹੁਤ ਔਖਾ ਨਹੀਂ ਚੱਲ ਠੀਕ ਹੈ, ਫਿਰ ਮੂਵ ਔਨ ਕੀਤਾ, ਚੰਗੀ ਗੱਲ ਹੈ, ਨਹੀਂ ਵਧੀਆ ਗੱਲ ਹੈ ਭਾਜੀ, ਨਾਲ ਦੀ ਨਾਲ ਹੀ ਜਦੋਂ ਉਹਨੇ ਫੋਨ ਤੇ ਆ ਗਿਆ ਮੈਂ ਚੱਲ ਠੀਕ ਹੈ ਆਪਾਂ ਮੋੜ ਦੀ ਗੱਡੀ ਚੰਡੀਗੜ੍ਹ ਨੂੰ ਵੀ ਚੱਲ ਲਓ, ਭਰਾ ਆਇਆ ਹੋਇਆ ਹੁਣ ਤਾਂ ਪੈਸੇ ਦੀ ਵੀ ਨੀ ਚੱਕਰ, ਬਾਕੀ ਤੇਰੀਆਂ ਸਾਰੀ ਗੱਲਾਂ ਜਾਇਜ਼ ਨੇ, ਮੰਨਦੇ ਗੱਲ ਸਪੋਜ਼ ਕਰ ਹੁਣ ਤੂੰ ਫਿਰ ਕਿਸੇ ਪਾਸੇ ਨਵੇਂ ਪਾਸੇ ਜੁੜ ਗਿਆ, ਉੱਧਰ ਪੁਰਾਣਾ ਬੰਦਾ ਫੇਰ ਵਾਪਸ ਆ ਜਾਵੇ, ਫੇਰ ਕੀ ਕਰੇਗਾ ਬਾਈ? ਨਹੀਂ ਫੇਰ ਨਹੀਂ, ਇੱਕ ਵਾਰੀ ਜਿਹੜਾ ਛੱਡਤਾ ਛੱਡਤਾ, ਜਿੰਨਾ ਚਿਰ ਕਰਿਆ ਬੰਦੇ ਦਾ ਜੜ ਤੱਕ ਕਰੋ, ਹੁਣ ਸਟੈਂਡ ਹੁਣ ਮੇਰੀ ਫੈਮਿਲੀ ਕਿਹੜਾ ਵੀ ਰਾਜੀ ਆ ਵੀ ਹੁਣ ਆਪਾਂ ਵੀ ਇੰਟਰਕਾਸਟ ਮੈਰਿਜ ਕਰਾਉਣੀ ਹੈ, ਉਹਦੇ ਲਈ ਰਾਜੀ ਨਹੀਂ ਹੁੰਦੇ ਆਪਣੇ ਘਰ ਦੇ ਵੀ, ਮੈਂ ਸਟੈਂਡ ਲੈ ਲਿਆ ਹੁਣ ਡੈਡੀ ਵਰਗਾਂ ਨੂੰ ਚੁੱਪ ਹੀ ਕਰਨਾ ਪਿਆ, ਮੈਂ ਤਾਂ ਕਦੇ ਇੱਦਾਂ ਡੈਡੀ ਦੇ ਹੱਥ ਚੱਕ ਵੀ ਨਹੀਂ ਪਾ ਕੇ ਗੱਲ ਕਰੀ, ਅੱਛਾ ਜਿਹੜਾ ਹੁਣ ਕੁੜੀ ਪਿੱਛੇ ਸਿੱਧਾ ਹੀ ਕਹਿੰਦਾ ਵੀ ਮੈਂ ਤਾਂ ਇਹਦੇ ਨਾਲ ਹੀ ਕਰਾਉਣਾ, ਹੁਣ ਘਰ ਦੇ ਕੀ ਕਰ ਸਕਦੇ ਆ ਫਿਰ ਤਾਂ ਸਟਾਰਟਿੰਗ 'ਚ, ਪਰ ਚਲੋ ਆਪਾਂ ਇਹ ਚੀਜ਼ ਦੇਖਦੇ ਨਹੀਂ ਹੁੰਦੇ, ਤਾਂ ਫਿਰ ਉਦੋਂ ਗੱਲਬਾਤ ਨਹੀਂ ਕੀਤੀ ਕੁੜੀ ਨਾਲ ਵੀ ਯਾਰ ਤੇਰੀ ਇੰਟਰਕਾਸਟ ਹੋ ਰਿਹਾ ਵੀ ਮੈਂ ਆਪਣਾ ਬਣਨਾ ਨਹੀਂ ਹੈਗਾ, ਕਿਹਾ ਸੀ ਉਹ ਜਾਣ ਕੇ ਵੀ ਨੇੜੇ ਆਉਂਦੀ ਕੋਈ ਨਹੀਂ ਮੈਂ ਮਨਾ ਲੂੰਗੀ, ਮੈਂ ਕਰ ਲੂੰਗੀ, ਮੈਂ ਮੈਨੂੰ ਵੀ ਆਇਆ ਸੀ ਚੱਲ ਮਨਾ ਲੂੰਗੀ, ਠੀਕ ਹੈ ਮੈਂ ਚੱਲ ਚੱਲਣ ਦੇ ਕੰਮ ਬਾਈ, ਚੱਲ ਸਹੀ ਸੀ, ਉਹ ਸਿੱਖਣ ਨੂੰ ਬਹੁਤ ਕੁਛ ਮਿਲਿਆ, ਚੱਕਰ ਨਹੀਂ ਕੋਈ ਚੱਕਰ ਨਹੀਂ ਗਾ ਕੇ ਸੁਣਾ ਦੀ, ਹਾਂ ਹਾਂ ਜ਼ਰੂਰ ਬਾਈ ਜ਼ਰੂਰ ਜ਼ਰੂਰ, ਥੋੜ੍ਹਾ ਇੰਨਾ ਚਲੋ ਵਧੀਆ ਲੱਗਿਆ ਤਾਂ ਤਾੜੀ ਮਾਰ, ਜ਼ਰੂਰ ਬਾਈ ਜ਼ਰੂਰ, ਉਹ ਆ ਗਏ ਬੈਂਡ ਸੀਗੇ ਸੱਤ ਮੁੰਡੇ ਆਹਰ ਦੇ, ਦਿਨ ਮਾੜੇ ਸ਼ੁਰੂ ਹੋ ਗਏ ਸੀਗੇ ਯਾਰ ਦੇ, ਗੱਲ ਕੱਟ ਗਈ ਸੀ ਹੋਣੀ ਨਾਲ ਜੱਟ ਦੇ, ਵੇਖਾਂ ਉੱਡਦਾ ਜਹਾਜ਼ ਖੜਾ ਵੱਟ ਤੇ ਨੀ ਫਿਕਰਾਂ 'ਚ ਚੋਦਾ ਰਿਹਾ, ਉਹ ਤੂੰ ਤਾਰ ਕਾਨੇ ਚਲੀ ਗਈ ਸੀ ਕਨੇਡਾ, ਜੱਟ ਤੇਰੇ ਘਰ ਮੂਹਰੋਂ ਮੁੜਦਾ ਰਿਹਾ, ਚਿੱਟੇ ਕੱਪੜੇ ਤੇ ਲਾਲ ਵਿੱਚ ਫੁੱਲ ਨਹੀਂ, ਜਿਹਨੇ ਇਸ਼ਕ ਨੂੰ ਲੈ ਲਿਆ ਇਹ ਮੁੱਲ ਨਹੀਂ, ਧੋਖੇ ਪੱਲੇ ਪੈ ਗਏ ਵਸ ਨੀ ਪੰਜਾਬ ਦੇ, ਚਿਹਰੇ ਬਦਲ ਗਏ ਨੇ ਜਨਾਬ ਦੇ, ਦਿਲ ਰੱਬ ਵੀ ਇਹ ਤੋੜਦਾ ਰਿਹਾ, ਉਹ ਤੂੰ ਤਾਰ ਕਾਨੇ ਚਲੀ ਗਈ ਸੀ ਕਨੇਡਾ, ਜੱਟ ਤੇਰੇ ਘਰ ਮੂਹਰੋਂ ਮੁੜਦਾ ਰਿਹਾ, ਜ਼ਰੂਰ ਬਈ ਜ਼ਰੂਰ, ਤਾੜੀਆਂ ਲਾਓ ਵੀ ਮੁੰਡੇ ਲਈ, ਬਹੁਤ ਸੋਹਣੀ ਬਾਤ, ਥੈਂਕ ਯੂ ਸੋ ਮਚ, ਥੈਂਕ ਯੂ ਬੜੀ ਵੀਰੇ, ਬਹੁਤ ਸੋਹਣੀ ਕਲਮ ਹੈ।